ਹੁਣ ਜਿਹੜਾ 10 ਜੁਲਾਈ ਨੂੰ ਇਲੈਕਸ਼ਨ ਹੋਣ ਜਾ ਰਿਹਾ ਜਲੰਧਰ ਵੈਸਟ, ਜਿਹਦੇ ਲਈ ਸਾਡੇ ਸਤਿਕਾਰਯੋਗ ਬਹੁਤ ਹੀ ਪੜ੍ਹੇ ਲਿਖੇ ਸੁਲਝੇ, ਜਿਨ੍ਹਾਂ ਦੇ ਫਾਦਰ ਸਾਹਿਬ ਵੀ ਇੱਕ ਬਹੁਤ ਵੱਡੇ ਲੀਡਰ ਇਸ ਸ਼ਹਿਰ ਦੀ ਨੁਮਾਇੰਦਗੀ ਕਰਦੇ ਰਹੇ, ਪੰਜਾਬ ਦੀ ਵਿਧਾਨ ਸਭਾ 'ਚ ਲੋਕਲ ਬਾਡੀ ਦੇ ਮਿਨਿਸਟਰ ਵੀ ਰਹੇ ਆ, ਸੀਨੀਅਰ ਮੋਸਟ, ਸਾਫ਼ ਸੁਥਰਾ ਕਿਰਦਾਰ। ਇਲੈਕਸ਼ਨ ਲੋਟੂਆਂ ਦੇ ਟੋਲਾ ਵਰਸੇ ਜੇ ਇੱਕ ਇਮਾਨਦਾਰ ਕਾਬਲ ਪੜ੍ਹੇ ਲਿਖੇ ਜਿਹੜੇ ਕੈਂਡੀਡੇਟ ਹੈ ਉਹਨਾਂ ਦੇ ਵਿਚਕਾਰ ਆਉਣ ਵਾਲਾ ਫੈਸਲਾ ਜਲੰਧਰ ਵੈਸਟ ਵਾਲਿਆਂ ਨੇ ਕਰਨਾ। ਪੰਜਾਬ ਦੀ ਵਿਧਾਨ ਸਭਾ 'ਚ ਜਲੰਧਰ ਵੈਸਟ ਦਾ ਉਹ ਬੰਦਾ ਭੇਜੋ ਜਿਹੜਾ ਇਮਾਨਦਾਰੀ ਨਾਲ, ਸਮਝਦਾਰੀ ਨਾਲ, ਕਾਬਲੀਅਤ ਨਾਲ, ਸਾਫ਼ ਸੁਥਰੇ ਤਰੀਕੇ ਨਾਲ ਜਲੰਧਰ ਦੀ ਸੇਵਾ ਕਰੇ, ਨਾ ਕਿ ਉਹ ਲੋਕ ਜਿਹੜੇ ਚਾਹੇ ਉਹ ਸੱਟੇ ਦੀ ਗੱਲ ਕਰ ਲਓ, ਠੱਗੀਆਂ ਦੀ ਗੱਲ ਕਰ ਲਓ, ਚੋਰੀਆਂ ਦੀ ਗੱਲ ਕਰ ਲਓ, ਕਿਹੜਾ ਉਹ ਮਾੜਾ ਕੰਮ ਨਹੀਂ ਹੈ ਜਿਹੜਾ ਲੋਕਾਂ ਨੇ ਪ੍ਰਫੁੱਲਿਤ ਕਰਨ 'ਚ ਆਪਣਾ ਯੋਗਦਾਨ ਨਹੀਂ ਪਾਇਆ, ਜਿਹੜੇ ਭਾਜਪਾ ਔਰ ਬਾਕੀ ਕੈਂਡੀਡੇਟ ਜਿਹੜੇ ਇੱਥੇ ਸਾਡੇ ਖਿਲਾਫ ਇਲੈਕਸ਼ਨ ਲੜ ਰਹੇ, ਖਾਸ ਕਰ ਭਾਜਪਾ ਦਾ ਜਿਹੜਾ ਕੈਂਡੀਡੇਟ ਹੈ, ਉਹਨੇ ਨਾ ਸਿਰਫ ਧੋਖਾ ਕੀਤਾ ਜਲੰਧਰ ਵੈਸਟ ਨਾਲ, ਬਲਕਿ ਜਿਹੜੇ ਗੁਨਾਹ ਕੀਤੇ ਆ ਉਹਨਾਂ ਨੂੰ ਵੀ ਜਲੰਧਰ ਵੈਸਟ ਦੇ ਲੋਕ, ਸਤਿਕਾਰਯੋਗ ਸਾਡੇ ਵੋਟਰ ਸਮਾਨ ਮਾਫ਼ ਨਹੀਂ ਕਰਦੇ। ਸੋ ਇਹ ਇਲੈਕਸ਼ਨ ਪਲਟੂ ਆਵਾਜ਼ ਵਰਸੇ 'ਚ ਇਮਾਨਦਾਰ, ਕਾਬਲ ਔਰ ਜ਼ਿੰਮੇਵਾਰ ਜਿਹੜਾ ਕੈਂਡੀਡੇਟ ਅਮਰਿੰਦਰ ਭਗਤ ਜੀ ਸਾਡੇ ਕੋਲ ਬੈਠੇ ਆ ਉਹਨਾਂ ਦਾ